ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਸਕੱਤਰ ਤੇ ਬੁਲਾਰੇ ਮਨਦੀਪ ਸਿੰਘ ਮੰਨਾ ਨੇ ਇੱਕ ਪੱਤਰਕਾਰ ਸੰਮੇਲਨ ਕਰਕੇ ਸਿੱਧੂ ਪਰਿਵਾਰ ਤੇ ਭ੍ਰਿਸ਼ਟਾਚਾਰ ਦੇ ਗੰਭੀਰ ਆਰੋਪ ਲਗਾਏ ਹਨ। ਮੰਨਾ ਨੇ ਮੀਡੀਆ ਨੂੰ ਸਬੂਤ ਦਿੰਦਿਆਂ ਨਵਜੋਤ ਸਿੰਘ ਸਿੱਧੂ ਦੀ ਪਤਨੀ ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹਨਾਂ ਨੇ ਆਪਣੇ ਕਾਰਜਕਾਲ 'ਚ ਅੰਮ੍ਰਿਤਸਰ ਪੂਰਵੀ ਵਿਧਾਨ ਸਭਾ ਖੇਤਰ 'ਚ ਸਥਿਤ ਇੱਕ ਸ਼ਮਸ਼ਾਨ ਘਾਟ ਦੀ ਉਸਾਰੀ ਲਈ ਮਿਲੇ ਲੱਖਾਂ ਦੇ ਫੰਡ 'ਚ ਘਪਲਾ ਕੀਤਾ ਹੈ। ਮੰਨਾ ਨੇ ਕਿਹਾ ਕਿ ਫੰਡ ਦਾ ਇਸਤੇਮਾਲ ਵਿਕਾਸ ਕਾਰਜ 'ਚ ਲਗਾਉਣ ਦੀ ਜਗ੍ਹਾ ਉਹ ਪੈਸੇ ਸਿੱਧੂ ਪਰਿਵਾਰ ਨੇ ਕੁਝ ਚੁਣੇ ਹੋਏ ਲੋਕਾਂ ਨਾਲ ਮਿਲ ਕੇ ਡਕਾਰ ਲਏ। ਇਹ ਸੋਸਾਇਟੀ ਫਰਜ਼ੀ ਨਾਵਾਂ ਤੇ ਇੱਕ ਅਜਿਹਾ ਵਿਅਕਤੀ ਚਲਾਉਂਦਾ ਹੈ ਜੋ ਨਗਰ ਸੁਧਾਰ ਟਰੱਸਟ ਅਧਿਕਾਰੀਆਂ ਦੇ ਨਾਲ ਰਹਿੰਦਾ ਹੈ। ਉਹਨਾਂ ਨੇ ਸਿੱਧੂ ਨੂੰ ਕਰੜੇ ਹੱਥੀਂ ਲੈਂਦੇ ਕਿਹਾ ਕਿ ਜੇਕਰ ਸਿੱਧੂ 'ਚ ਥੋੜੀ ਵੀ ਇਮਾਨਦਾਰੀ ਬਾਕੀ ਹੈ ਤਾਂ ਉਹ ਇਸ ਮਾਮਲੇ ਦੀ ਜਾਂਚ ਕਰਵਾਵੇ। ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਹੈ ਸਿੱਧੂ ਫੈਮਿਲੀ ਦੇ ਖਿਲਾਫ ਹੈ ਜੀ। ਸਿੱਧੂ ਸਾਹਿਬ ਅੱਜ ਤੋਂ ਮੇਰੇ ਖਿਆਲ 15 ਕੁ ਦਿਨ ਪਹਿਲਾਂ ਵੱਲੇ ਗਏ ਸੀ, ਉੱਥੇ 2 ਕਰੋੜ ਰੁਪਈਏ ਦੀ ਗ੍ਰਾਂਟ ਅਨਾਊਂਸ ਕਰਕੇ ਆਏ ਨੇ ਔਰ ਉਹਦੇ ਵਿੱਚ ਸਾਰਿਆਂ ਦੇ ਸਾਹਮਣੇ ਪ੍ਰੈਸ ਦੀ ਹਾਜ਼ਰੀ 'ਚ ਉਹਨਾਂ ਇਹ ਗੱਲ ਕਹੀ ਸੀ ਕਿ 2 ਕਰੋੜ 'ਚੋਂ 30-40 ਲੱਖ ਰੁਪਈਏ ਲੱਗਦਾ ਰਿਹਾ, ਬਾਕੀ ਸਾਰੇ ਲੀਡਰ ਔਰ ਜਿਹੜੇ ਅਫਸਰ ਨੇ ਉਹ ਖਾ ਜਾਂਦੇ ਰਹੇ ਨੇ। ਉਹਦੇ 'ਚ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਕਿ ਤੁਹਾਡੇ ਜਿਹੜੇ ਮੈਸੇਜ ਮਾਣਯੋਗ ਸਾਡੇ ਉਹ ਰਹੇ ਨੇ ਸੰਸਦੀ ਸਕੱਤਰ, ਉਹ ਵੀ ਤਾਂ ਇਹੋ ਕੰਮ ਕਰਦੇ ਰਹੇ ਨੇ ਕਿ ਆਪਣੀ ਜਿਹੜੀ ਇਮਾਨਦਾਰੀ ਹੈ ਅਖੌਤੀ ਤੁਸੀਂ ਇਮਾਨਦਾਰ ਹੋ, ਤਥਾ ਕਥਿਤ ਤੁਸੀਂ ਇਮਾਨਦਾਰ ਹੋ, ਸੋ ਕਾਲਡ ਇਮਾਨਦਾਰ ਹੋ, ਕੀ ਆਪਣੀ ਜੇ ਤੁਸੀਂ ਇਮਾਨਦਾਰੀ ਵਿਖਾਉਂਦੇ ਹੋ ਤਾਂ ਆਪਣੀ ਵਾਈਫ ਦੀ ਇਸ ਘਪਲੇ ਦੀ ਜਾਂਚ ਕਰੋਗੇ। ਔਰ ਉਹਦੇ ਵਿੱਚ ਕੀਤਾ ਕੀ ਗਿਆ ਕਿ ਮੜੀਆਂ ਨੂੰ ਸ਼ਮਸ਼ਾਨ ਘਾਟ ਨੂੰ 1,27,84,000 ਰੁਪਈਏ ਦੀ ਗ੍ਰਾਂਟ ਅਨਾਊਂਸ ਕੀਤੀ ਗਈ ਔਰ ਗ੍ਰਾਂਟ ਦੇ ਬਿੱਲ ਪਾਸ ਹੋ ਗਏ, ਪੈਸੇ ਕੈਸ਼ ਹੋ ਗਏ, ਉਹਨੂੰ ਕੰਪਲੀਸ਼ਨ ਦੇ ਦਿੱਤੀ ਗਈ ਔਰ ਪੈਸਾ ਉੱਥੇ ਲੱਗਾ ਹੀ ਕੋਈ ਨਹੀਂ। ਇਹੋ ਜਿਹੇ ਕੰਮ ਜਿਹੜੇ ਉਹ ਇੱਕ ਘਪਲਾ ਨਹੀਂ ਹੈਗਾ, ਬਹੁਤ ਜ਼ਿਆਦਾ ਘਪਲੇ ਨੇ। ਇਸ ਦੇ ਰਾਹੀਂ ਮਾਧਿਅਮ ਦੇ ਰਾਹੀਂ ਨਵਜੋਤ ਸਿੰਘ ਸਿੱਧੂ ਨੂੰ ਇਹ ਵੀ ਕਹਿਣਾ ਚਾਹੁੰਦਾ ਕਿ ਮੇਰੇ ਨਾਲ ਗੱਲ ਕਰਨੀ ਆ ਅਤੇ ਤੱਥਾਂ ਦੇ ਆਧਾਰ 'ਤੇ ਕਰੀ। ਇਹ ਕੋਈ ਬਿਕਰਮ ਮਜੀਠੀਆ ਨਹੀਂ ਅਗਲੇ ਪਾਸੇ ਹੈਗਾ ਵੀ ਇੱਕ ਗਾਲ ਕੱਢੇਗਾ ਅਤੇ ਮੂੰਹ 'ਚੋਂ ਥੁੱਕ ਸੁੱਟਣ ਲੱਗ ਪਊਗਾ, 1 ਦੀਆਂ 6 ਆਉਣਗੀਆਂ ਤੈਨੂੰ। ਗੱਲ ਕਰਨੀ ਆ ਤਾਂ ਪੇਪਰ ਦੇ ਆਧਾਰ 'ਤੇ, ਤੱਥਾਂ ਦੇ ਆਧਾਰ 'ਤੇ ਕਰ ਔਰ ਤੇਰੀ ਤੁਲਨਾ ਤੂੰ ਬੜੇ ਨਾਂ ਦਿੰਦਾ ਨਾ, ਰਾਹੁਲ ਗਾਂਧੀ ਪੱਪੂ ਹੈ, ਸੋਨੀਆ ਮੁੰਨੀ ਹੈ, ਤੈਨੂੰ ਮੈਂ ਨਾਂ ਦਿੰਦਾ ਤੂੰ ਰਾਜਦੂਤ ਮੋਟਰਸਾਈਕਲ ਹੈ। ਪੁਰਾਣੇ ਦੋਧੀਆਂ ਕੋਲ ਹੁੰਦੇ ਸੀਗੇ, ਰੌਲਾ ਬਹੁਤ ਜ਼ਿਆਦਾ ਅਤੇ ਕੰਮ ਹੈ ਹੀ ਕੱਖ ਨਹੀਂ, ਸਪੀਡ ਹੁੰਦੀ ਨਹੀਂ ਸੀ ਕਿਸੇ ਕੰਮ ਦੀ, ਕਦੀ ਮੈਂ ਸਮੈਕ 'ਚ ਫੜ ਲੈਣਾ, ਕਦੀ ਮੈਂ ਆਹ ਕਰ ਲੈਣਾ। ਇਹ ਜਿਹੜੇ ਕੰਮ ਕਰਕੇ ਵਿਖਾ ਪੰਜਾਬ ਦੀ ਜਨਤਾ ਨੂੰ ਔਰ ਇਹ ਜੇ ਐਡੀ ਤੇਰੀ ਇਮਾਨਦਾਰੀ ਇਹਦੀ ਜਾਂਚ ਕਰ ਔਰ ਇਹਦੇ ਨਾਲ ਅਗਲਾ ਘਪਲਾ ਕਿ ਤੇਰੀ ਵਾਈਫ ਮਿਨਿਸਟਰ ਰਹੀ ਔਰ ਉਹਦੇ PA ਸੜਕਾਂ ਦੇ ਠੇਕੇ ਲੈਂਦੇ ਰਹੇ, ਉਹਨਾਂ ਦੀਆਂ ਫਰਜ਼ੀ ਲਿਸਟਮੈਂਟ ਕੀਤੀਆਂ ਗਈਆਂ, ਤੁਸੀਂ ਟਰੱਸਟ 'ਚ ਇੱਕ ਦਲਾਲ ਰੱਖਿਆ ਹੋਇਆ ਜਿਹਦੇ ਨਾਂ 'ਤੇ ਫਰਜ਼ੀ ਕੋਆਪਰੇਟਿਵ ਸੁਸਾਇਟੀਆਂ ਚੱਲਦੀਆਂ ਨੇ ਔਰ ਕਿੰਨਾ ਕਿੰਨਾ ਤੁਸੀਂ ਘਪਲਾ ਕੀਤਾ ਮੈਂ ਆਉਣ ਵਾਲੇ ਦਿਨਾਂ 'ਚ ਇਹ ਵੀ ਕੱਢ ਕੇ ਦੱਸੂਗਾ। ਫਿਲਹਾਲ ਮੰਨਾ ਪੰਜਾਬ ਤੇ ਲੋਕਪਾਲ ਅਤੇ ਮੁੱਖ ਮੰਤਰੀ ਪੰਜਾਬ ਕੋਲੋਂ ਇਸ ਮਾਮਲੇ ਦੀ ਸ਼ਿਕਾਇਤ ਕਰਨ ਦੀ ਤਿਆਰੀ ਖਿੱਚ ਰਹੇ ਹਨ। ਅੰਮ੍ਰਿਤਸਰ ਤੋਂ ਧਰਮਵੀਰ ਗਿੱਲ, ਖਬਰ ਹਰਪਲ ਇੰਡੀਆ।